ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਹੋਇਆ ਐਲਾਨ ਹੋ ਜੋ ਸਾਵਧਾਨ 마ਸਕ ਨਾ ਲਾਉਣ ਤੇ 500 ਤੇ ਥੁੱਕਣ ਤੇ ਹੋਵੇਗਾ 1000 ਰੁਪਏ ਦਾ ਜੁਰਮਾਨਾ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੋਰੋਨਾ ਦਾ ਡਰ ਇੱਕ ਵਾਰ ਫਿਰ ਵਾਪਸ ਆ ਗਿਆ ਇਸ ਦੇ ਨਾਲ ਹੀ ਪਾਬੰਦੀਆਂ ਵੀ ਵਾਪਸ ਕਰ ਦਿੱਤੀਆਂ ਗਈਆਂ ਹਨ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਇਸ ਦੇ ਨਾਲ ਲੋਕਾਂ ਨੂੰ ਸਰੀਰਕ ਦੂਰੀ ਦੀ ਪਾਲਣਾ ਕਰਨ ਸੈਨੀਟਾਈਜ਼ਰ ਦੇ ਨਾਲ ਸਮੇਂ-ਸਮੇਂ ਤੇ ਹੱਥਾਂ ਨੂੰ ਸਾਫ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਉਹਨਾਂ ਸੂਬਿਆਂ ਦੇ ਵਿੱਚ ਸ਼ਾਮਲ ਹੈ ਜਿੱਥੇ ਸਥਿਤੀ ਸਭ ਤੋਂ ਖਰਾਬ ਹੈ ਮਹਾਰਾਸ਼ਟਰ ਦੇ ਵਿੱਚ ਵੀ ਮੁੰਬਈ ਅਤੇ ਪੁਣੇ ਦੋਵੇਂ ਸ਼ਹਿਰਾਂ ਦੇ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਪੂਨੇ ਦੇ ਵਿੱਚ ਸਕਾਰਾਤਮਕਤਾ ਦੀ ਦਰ 18% ਤੱਕ ਪਹੁੰਚ ਗਈ ਇਸ ਤੋਂ ਬਾਅਦ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਪੂਨੇ ਵਿੱਚ ਮਾਸਕ ਨਾ ਪਾਉਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਲਾਇਆ ਜਾਵੇਗਾ ਜਦਕਿ ਥੁੱਕਣ ਵਾਲਿਆਂ ਨੂੰ 1000 ਰੁਪਏ ਦਾ ਜੁਰਮਾਨਾ ਲਿਆ ਜਾਵੇਗਾ ਸੂਬਿਆਂ ਨੇ ਕਰੋਨਾ ਸੰਕਰਮਣ ਦੀ ਰਫ਼ਤਾਰ ਨੂੰ ਰੋਕਣ ਦੇ ਲਈ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ ਮਧ ਪ੍ਰਦੇਸ਼ ਵਿੱਚ ਜਨਤਕ ਥਾਵਾਂ ਤੇ ਮਾਸਕ ਨਾ ਪਾਉਣ ਤੇ 200 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ ਦਿੱਲੀ ਦੇ ਵਿੱਚ ਵੀਕਐਂਡ ਕਰਫਿਊਰ ਦੀ ਸਮਰੱਥਾ ਨਾਲ ਖੁੱਲਣਗੇ ਨਿੱਜੀ ਦਫ਼ਤਰ ਸੋ ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਤੇ ਸਕੂਲ ਕਾਲਜ ਬੰਦ ਰਹਿਣਗੇ ਬਿਹਾਰ ਦੇ ਵਿੱਚ 6 ਤੋਂ 21 ਯਾਨੀ ਕਿ ਰਾਤ 6 ਤੋਂ 21 ਤੱਕ ਕਰਫਿਊ ਦਾ ਰਾਤ ਦਾ ਕਰਫਿਊ ਰਹੇਗਾ ਸੋ 8 ਵਜੇ ਤੱਕ ਹੀ ਖੁੱਲਣ ਸਕਣਗੀਆਂ ਦੁਕਾਨਾਂ ਛਤੀਸਗੜ੍ਹ ਦੇ ਵਿੱਚ 4 ਫੀਸਦੀ ਤੋਂ ਵੱਧ ਸੰਕਰਮਣ ਦਰ ਵਾਲੇ ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਸੋ ਇਹ ਵੱਡੇ ਐਲਾਨ ਕਰ ਦਿੱਤੇ ਗਏ ਹਨ ਜਿੱਥੇ ਧਾਰਮਿਕ ਜੰਤਕ ਰੈਲੀਆਂ ਜਲੂਸ ਮੀਟਿੰਗਾਂ ਸਮਾਜ ਸੱਭਿਆਚਾਰਕ ਧਾਰਮਿਕ ਖੇਡ ਸਮਾਗਮ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ ਮਾਲ ਸਿਨੇਮਾ ਘਰ ਸਵੀਮਿੰਗ ਪੂਲ ਮੈਰਿਜ ਪੈਲਸ ਹੋਟਲ ਰੈਸਟੋਰੈਂਟ ਅਤੇ ਆਡੀਟੋਰੀਅਮਾਂ ਦੇ ਵਿੱਚ ਭੀੜ ਭੜੱਕੇ ਤੇ ਪਾਬੰਦੀ ਲਾਈ ਗਈ ਹੈ ਧੰਨ